18,000 ਦੀ ਰਿਸ਼ਵਤ ਲੈਂਦਿਆਂ ਸਹਾਇਕ ਸਬ ਇੰਸਪੈਕਟਰ ਕਾਬੂ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਵੱਲੋਂ ਇਹ ਸਾਰਾ ਐਕਸ਼ਨ ਕੀਤਾ ਗਿਆ। ਇਹ ASI ਸਿਕੰਦਰ ਸਿੰਘ ਥਾਣਾ ਸਮਰਾਲਾ ਦੇ ਵਿੱਚ ਤਾਇਨਾਤ ਸੀ। ਡਰਾਈਵਰ ਨੂੰ ਜ਼ਮਾਨਤ ਦੇਣ ਅਤੇ ਹੋਰ ਸ਼ਰਤਾਂ ਦੇ ਤਹਿਤ ਇਸਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ। ਪਹਿਲਾਂ ਤਾਂ ਇਸਨੇ 20,000 ਮੰਗੇ, ਸੌਦਾ 18,000 ਦੇ ਵਿੱਚ ਤੈਅ ਹੋਇਆ। ਤਾਂ ਸਾਰੀ ਰਿਕਾਰਡਿੰਗ ਆ ਜਿਹੜੀ ਉਹ ਸ਼ਿਕਾਇਤਕਰਤਾ ਦੇ ਵੱਲੋਂ ਮੋਬਾਈਲ ਫੋਨ ਦੇ ਵਿੱਚ ਕੀਤੀ ਗਈ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਦੇ ਕਿ ਲੁਧਿਆਣਾ ਦੇ ਨੀਲੋ ਪੁਲ ਸਮਰਾਲਾ ਵਿਖੇ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਇਹ ਸ਼ਖਸ। ਉਸ ਦਿਨ ਥਾਣਾ ਸਮਰਾਲਾ ਤੋਂ ASI ਸਿਕੰਦਰ ਰਾਜ ਅਤੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚਿਆ। ਦੋਵੇਂ ਵਾਹਨਾਂ ਨੂੰ ਥਾਣੇ ਲੈ ਗਏ, ਜਿਸ ਤੋਂ ਬਾਅਦ ASI ਸਿਕੰਦਰ ਸਿੰਘ ਨੇ ਸ਼ਿਕਾਇਤਕਰਤਾ ਅਤੇ ਉਸਦੇ ਡਰਾਈਵਰ ਨੂੰ ਜ਼ਮਾਨਤ ਦਿਵਾਉਣ, ਉਸਦੀ ਗੱਡੀ 'ਤੇ ਲੱਦਿਆ ਸਮਾਨ ਛੱਡਣ ਅਤੇ ਉਸਦੇ ਡਰਾਈਵਰ ਦੇ ਖਿਲਾਫ ਦਰਜ ਹੋਏ ਹਾਦਸੇ ਦੇ ਕੇਸ ਵਿੱਚੋਂ ਬਰੀ ਕਰਵਾਉਣ ਦੇ ਲਈ 20,000 ਦੀ ਰਿਸ਼ਵਤ ਮੰਗੀ। ਆਖਿਰਕਾਰ ਸੌਦਾ 18,000 ਦੇ ਵਿੱਚ ਤੈਅ ਹੋਇਆ। ਦੱਸਿਆ ਜਾ ਰਿਹਾ ਕਿ ਸ਼ਿਕਾਇਤਕਰਤਾ ਨੇ ਪੁਲਿਸ ਮੁਲਾਜ਼ਮ ਦੀ ਸਾਰੀ ਰਿਕਾਰਡਿੰਗ ਕੀਤੀ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਅਤੇ ਅੱਜ ਇਹ ਐਕਸ਼ਨ ਨਜ਼ਰ ਆਇਆ। ਸਹਾਇਕ ਸਬ ਇੰਸਪੈਕਟਰ ਸਿਕੰਦਰ ਸਿੰਘ ਨੂੰ 18,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਹ ਇਸ ਤਰ੍ਹਾਂ ਹੈਗਾ ਕਿ ਰਵਿੰਦਰ ਸਿੰਘ ਨੇ ਸੈਕਟਰ 32A ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਔਰ ਮਾਰਚ 2021 ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਨੀਲੋ ਲਾਗੇ ਗੱਡੀਆਂ ਦਾ। ਇਹਨਾਂ ਦਾ ਡਰਾਈਵਰ ਸੀਗਾ ਔਰ ਨਾਲ ਇੱਕ ਹੈਲਪਰ ਸੀਗਾ, ਉਹ ਜਾ ਰਹੇ ਸੀ। ਦੋ ਗੱਡੀਆਂ ਦੀ ਟੱਕਰ ਹੋ ਗਈ ਸੀ ਔਰ ਸੱਟਾਂ ਵੀ ਲੱਗੀਆਂ ਸੀ। ਬਾਅਦ ਵਿੱਚ ਇਹਨਾਂ 'ਤੇ ਪਰਚਾ ਹੋ ਗਿਆ ਸੀ ਔਰ ਬਾਅਦ ਵਿੱਚ ਜਦੋਂ ਮਿਲੇ ਆ ASI ਸਿਕੰਦਰ ਰਾਜ ਸੀਗਾ, ਉਦੋਂ ਲੱਗਾ ਸਮਰਾਲੇ ਥਾਣੇ, ਉਹਨੂੰ ਮਿਲੇ ਆ ਆਪਣੇ ਕੇਸ ਦੇ ਸੰਬੰਧ ਵਿੱਚ। ਉਹਨੇ ਕਿਹਾ ਵੀ ਮੈਂ ਤੁਹਾਡੀ ਹੈਲਪ ਕਰੂੰਗਾ, ਤੇਰੀ ਜਮਾਨਤ ਵੀ ਕਰਾ ਦਾਂਗੇ, ਤੇਰਾ ਸਮਾਨ ਸਮੂਨ ਜਿਹੜਾ ਗੱਡੀ ਜੋ ਵੀ ਦਵਾ ਦਿੰਦੇ ਹਾਂ ਤੈਨੂੰ ਮੈਂ ਬਰੀ ਵੀ ਕਰਾ ਦੂੰਗਾ, 20,000 ਰੁਪਇਆ ਮੈਂ ਲਊਂਗਾ। ਤਾਂ ਉਹਨੇ ਫਿਰ ਜਦ ਕਿਹਾ ਵੀ ਇੰਨੇ ਮੈਂ ਦੇ ਨਹੀਂ ਸਕਦਾ, ਫਿਰ 18,000 'ਚ ਮੰਨ ਗਿਆ ਸੀ। ਪਰ ਬੇਸਿਕਲੀ ਉਹ ਪੈਸੇ ਦੇਣਾ ਨਹੀਂ ਚਾਹੁੰਦਾ ਸੀ, ਉਹਨੇ ਫਿਰ ਰਿਕਾਰਡਿੰਗ ਇਹਦੀ ਕਰ ਲਈ ਸੀ ਔਰ ਉਸ ਤੋਂ ਬਾਅਦ ਉਹਨੇ ਵਿਜੀਲੈਂਸ ਹੈੱਡਕੁਆਰਟਰ ਦਿਖਾ ਦਿੱਤੀ ਸੀਗੀ। ਉਹਦੀ ਪੜਤਾਲ ਜਦੋਂ ਕੀਤੀ ਗਈ, ਇਹ ਪੜਤਾਲ ਦੇ ਬਾਅਦ ਇਹ ਫਿਰ ਵੈਰੀਫਾਈ ਹਾਲਾਤ ਸਹੀ ਪਾਏ ਗਏ ਔਰ ਉਸ ਤੋਂ ਬਾਅਦ ਹੈੱਡਕੁਆਰਟਰ ਤੋਂ ਅਪਰੂਵਲ ਆਉਣ ਉਪਰੰਤ ਮੁਕੱਦਮਾ ਦਰਜ ਕੀਤਾ ਗਿਆ। ASI ਸਿਕੰਦਰ ਰਾਜ ਜਿਹੜਾ ਕਿ ਹੁਣ ਦਰਾਹੇ ਥਾਣੇ ਲੱਗਾ ਹੋਇਆ, ਇਹਨੂੰ ਅੱਜ ਉੱਥੋਂ ਦਰਾਹੇ ਥਾਣੇ ਤੋਂ ਹੀ ਵਿਜੀਲੈਂਸ ਟੀਮ ਨੇ ਅਰੈਸਟ ਕੀਤਾ ਹੈਗਾ। ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕਰਤਾ ਗਿਆ, ਕੱਲ੍ਹ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। 18,000 ਦੀ ਰਿਸ਼ਵਤ ਲੈਂਦਿਆਂ ਸਹਾਇਕ ਸਬ ਇੰਸਪੈਕਟਰ ਕਾਬੂ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਵੱਲੋਂ ਇਹ ਸਾਰਾ ਐਕਸ਼ਨ ਕੀਤਾ ਗਿਆ। ਇਹ ASI ਸਿਕੰਦਰ ਸਿੰਘ ਥਾਣਾ ਸਮਰਾਲਾ ਦੇ ਵਿੱਚ ਤਾਇਨਾਤ ਸੀ। ਡਰਾਈਵਰ ਨੂੰ ਜ਼ਮਾਨਤ ਦੇਣ ਅਤੇ ਹੋਰ ਸ਼ਰਤਾਂ ਦੇ ਤਹਿਤ ਇਸਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ। ਪਹਿਲਾਂ ਤਾਂ ਇਸਨੇ 20,000 ਮੰਗੇ, ਸੌਦਾ 18,000 ਦੇ ਵਿੱਚ ਤੈਅ ਹੋਇਆ। ਤਾਂ ਸਾਰੀ ਰਿਕਾਰਡਿੰਗ ਆ ਜਿਹੜੀ ਉਹ ਸ਼ਿਕਾਇਤਕਰਤਾ ਦੇ ਵੱਲੋਂ ਮੋਬਾਈਲ ਫੋਨ ਦੇ ਵਿੱਚ ਕੀਤੀ ਗਈ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਦੇ ਕਿ ਲੁਧਿਆਣਾ ਦੇ ਨੀਲੋ ਪੁਲ ਸਮਰਾਲਾ ਵਿਖੇ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਇਹ ਸ਼ਖਸ। ਉਸ ਦਿਨ ਥਾਣਾ ਸਮਰਾਲਾ ਤੋਂ ASI ਸਿਕੰਦਰ ਰਾਜ ਅਤੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚਿਆ। ਦੋਵੇਂ ਵਾਹਨਾਂ ਨੂੰ ਥਾਣੇ ਲੈ ਗਏ, ਜਿਸ ਤੋਂ ਬਾਅਦ ASI ਸਿਕੰਦਰ ਸਿੰਘ ਨੇ ਸ਼ਿਕਾਇਤਕਰਤਾ ਅਤੇ ਉਸਦੇ ਡਰਾਈਵਰ ਨੂੰ ਜ਼ਮਾਨਤ ਦਿਵਾਉਣ, ਉਸਦੀ ਗੱਡੀ 'ਤੇ ਲੱਦਿਆ ਸਮਾਨ ਛੱਡਣ ਅਤੇ ਉਸਦੇ ਡਰਾਈਵਰ ਦੇ ਖਿਲਾਫ ਦਰਜ ਹੋਏ ਹਾਦਸੇ ਦੇ ਕੇਸ ਵਿੱਚੋਂ ਬਰੀ ਕਰਵਾਉਣ ਦੇ ਲਈ 20,000 ਦੀ ਰਿਸ਼ਵਤ ਮੰਗੀ। ਆਖਿਰਕਾਰ ਸੌਦਾ 18,000 ਦੇ ਵਿੱਚ ਤੈਅ ਹੋਇਆ।
ਦੱਸਿਆ ਜਾ ਰਿਹਾ ਕਿ ਸ਼ਿਕਾਇਤਕਰਤਾ ਨੇ ਪੁਲਿਸ ਮੁਲਾਜ਼ਮ ਦੀ ਸਾਰੀ ਰਿਕਾਰਡਿੰਗ ਕੀਤੀ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਅਤੇ ਅੱਜ ਇਹ ਐਕਸ਼ਨ ਨਜ਼ਰ ਆਇਆ। ਸਹਾਇਕ ਸਬ ਇੰਸਪੈਕਟਰ ਸਿਕੰਦਰ ਸਿੰਘ ਨੂੰ 18,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ। ਇਹ ਇਸ ਤਰ੍ਹਾਂ ਹੈਗਾ ਕਿ ਰਵਿੰਦਰ ਸਿੰਘ ਨੇ ਸੈਕਟਰ 32A ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਔਰ ਮਾਰਚ 2021 ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਨੀਲੋ ਲਾਗੇ ਗੱਡੀਆਂ ਦਾ। ਇਹਨਾਂ ਦਾ ਡਰਾਈਵਰ ਸੀਗਾ ਔਰ ਨਾਲ ਇੱਕ ਹੈਲਪਰ ਸੀਗਾ, ਉਹ ਜਾ ਰਹੇ ਸੀ, ਦੋ ਗੱਡੀਆਂ ਦੀ ਟੱਕਰ ਹੋ ਗਈ ਸੀ ਔਰ ਸੱਟਾਂ ਵੀ ਲੱਗੀਆਂ ਸੀ। ਬਾਅਦ ਵਿੱਚ ਇਹਨਾਂ 'ਤੇ ਪਰਚਾ ਹੋ ਗਿਆ ਸੀ ਔਰ ਬਾਅਦ ਵਿੱਚ ਜਦੋਂ ਮਿਲੇ ਆ ASI ਸਿਕੰਦਰ ਰਾਜ ਸੀਗਾ, ਉਦੋਂ ਲੱਗਾ ਸਮਰਾਲੇ ਥਾਣੇ, ਉਹਨੂੰ ਮਿਲੇ ਆ ਆਪਣੇ ਕੇਸ ਦੇ ਸੰਬੰਧ ਵਿੱਚ। ਉਹਨੇ ਕਿਹਾ ਵੀ ਮੈਂ ਤੁਹਾਡੀ ਹੈਲਪ ਕਰੂੰਗਾ, ਤੇਰੀ ਜਮਾਨਤ ਵੀ ਕਰਾ ਦਾਂਗੇ, ਤੇਰਾ ਸਮਾਨ ਸਮੂਹ ਜਿਹੜਾ ਗੱਡੀ 'ਚੋਂ ਵੀ ਦਵਾ ਦਿੰਦੇ ਹਾਂ, ਤੈਨੂੰ ਮੈਂ ਬਰੀ ਵੀ ਕਰਾ ਦੂੰਗਾ, 20,000 ਰੁਪਇਆ ਮੈਂ ਲਊਂਗਾ। ਤਾਂ ਉਹਨੇ ਫਿਰ ਜਦ ਕਿਹਾ ਵੀ ਇੰਨੇ ਮੈਂ ਦੇ ਨਹੀਂ ਸਕਦਾ, ਫਿਰ ਉਹ 18,000 'ਚ ਮੰਨ ਗਿਆ ਸੀ। ਪਰ ਬੇਸਿਕਲੀ ਉਹ ਪੈਸੇ ਦੇਣਾ ਨਹੀਂ ਚਾਹੁੰਦਾ ਸੀ, ਉਹਨੇ ਫਿਰ ਰਿਕਾਰਡਿੰਗ ਇਹਦੀ ਕਰ ਲਈ ਸੀ ਔਰ ਉਸ ਤੋਂ ਬਾਅਦ ਉਹਨੇ ਵਿਜੀਲੈਂਸ ਹੈੱਡਕੁਆਰਟਰ ਦਰਖਾਸਤ ਦਿੱਤੀ ਸੀਗੀ। ਉਹਦੀ ਪੜਤਾਲ ਜਦੋਂ ਕੀਤੀ ਗਈ ਹੈ, ਪੜਤਾਲ ਦੇ ਬਾਅਦ ਇਹ ਫਿਰ ਵੈਰੀਫਾਈ ਹਾਲਾਤ ਸਹੀ ਪਾਏ ਗਏ ਔਰ ਉਸ ਤੋਂ ਬਾਅਦ ਹੈੱਡਕੁਆਰਟਰ ਤੋਂ ਅਪਰੂਵਲ ਆਉਣ ਉਪਰੰਤ ਮੁਕੱਦਮਾ ਦਰਜ ਕੀਤਾ ਗਿਆ। ASI ਸਿਕੰਦਰ ਰਾਜ ਜਿਹੜਾ ਕਿ ਹੁਣ ਦਰਾਹੇ ਥਾਣੇ ਲੱਗਾ ਹੋਇਆ, ਇਹਨੂੰ ਅੱਜ ਉੱਥੋਂ ਦਰਾਹੇ ਥਾਣੇ ਤੋਂ ਹੀ ਵਿਜੀਲੈਂਸ ਟੀਮ ਨੇ ਅਰੈਸਟ ਕੀਤਾ ਹੈਗਾ। ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕਰਤਾ ਗਿਆ, ਕੱਲ੍ਹ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।